ਪਰਮ ਸਤਕਾਰਯੋਗ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਆਪਾਂ ਵਿਚਾਰ ਕਰੀਏ ਸ਼ਬਦ ਗੁਰੂ ਅਤੇ ਦੇਹ ਧਾਰੀ ਗੁਰੂ ਵਿੱਚ ਕੀ ਅੰਤਰ ਹੈ ਸੰਸਾਰਕ ਅਤੇ ਆਤਮਿਕ ਜੀਵਨ ਵਿੱਚ ਸਾਨੂੰ ਗੁਰੂ ਦੀ ਲੋੜ ਹੈ ਏਕ ਸਵਾਲ ਹੈ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝਣਾ ਆਵੇ ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ ਜੇ ਸੋ ਚੰਦਾ ਉਗ ਵੈ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰ ਬਿਨ ਕੋਰ ਅੰਧਾਰ ਬਿਨ ਸਤਗੁਰ ਸੇਵੇ ਜੋਗ ਨ ਹੋਈ ਬਿਨ ਸਤਗੁਰ ਭੇਟੇ ਮੁਕਤ ਨ ਹੋਈ ਮਤ ਕੋ ਭਰਮ ਭੁਲੇ ਸੰਸਾਰ ਬਿਨ ਗੁਰ ਗੁਰ ਬਿਨ ਕੋਈ ਨ ਉਤਰ ਸਪਾਰ ਇੱਕ ਸਵਾਲ ਗੁਰੂ ਕੌਣ ਹੈ ਸ਼ਬਦ ਗੁਰੂ ਜਾਂ ਦੇਹ ਧਾਰੀ ਗੁਰੂ ਚਲੋ ਵਿਚਾਰ ਕਰਦੇ ਹਾਂ ਗੁਰਬਾਣੀ ਦੇ ਅਨੁਸਾਰ ਸਮਝਣ ਦਾ ਯਤਨ ਕਰਦੇ ਹਾਂ ਯਾਦ ਰੱਖੋ ਜਿਹੜਾ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਹੈ ਉਹੀ ਸਾਡਾ ਗੁਰੂ ਹੈ ਸਿੱਧਾ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਸਵਾਲ ਜਵਾਬ ਹੁੰਦੇ ਹਨ ਸਿੱਧ ਗੁਰੂ ਨਾਨਕ ਸਾਹਿਬ ਮਹਾਰਾਜੀ ਨੂੰ ਸਵਾਲ ਕਰਦੇ ਹਨ ਕਵਨ ਮੂਲੇ ਕਵਨ ਮਤਵੇਲਾ ਤੇਰਾ ਕਵਨ ਗੁਰੂ ਜਿਸਕਾ ਤੂੰ ਚੇਲਾ ਕਵਨ ਕਥਾ ਲੈ ਰਹੋ ਨਿਰਾਲੇ ਬੋਲੇ ਨਾਨਕ ਸੁਨੋ ਹੋ ਤੁਮ ਬਾਲੇ ਇਹ ਸਿੱਧਾਂ ਦਾ ਸਵਾਲ ਹੈ ਗੁਰੂ ਜੀ ਜਵਾਬ ਦਿੰਦੇ ਹਨ ਜੋ ਧਿਆਨ ਨਾਲ ਸੁਣ ਗੋਚਰਾ ਹੈ ਪਵਨ ਆਰੰਭ ਸਤਗੁਰ ਮਤਵੇਲਾ ਸ਼ਬਦ ਗੁਰੂ ਸੁਰਤ ਤੁਣ ਚੇਲਾ ਅਕਥ ਕਥਾ ਲੈ ਰਹੋ ਨਿਰਾਲਾ ਨਾਨਕ ਜੁਗ ਜੁਗ ਗੁਰ ਗੋਪਾਲਾ ਏਕ ਸ਼ਬਦ ਜਿਤ ਕਥਾ ਵਿਚਾਰੀ ਗੁਰਮੁਖ ਹੋਮੈ ਅਗਨ ਨਿਵਾਰੀ ਇਹ ਸਤਿਗੁਰੂ ਜੀ ਦਾ ਜਵਾਬ ਹੈ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੈ ਜਗ ਬੋਹਰਾਨੰ ਸਤਿਗੁਰ ਕਾ ਸੱਚ ਸ਼ਬਦ ਕਮਾਵੋ ਥਿਰ ਘਰ ਬੈਠੇ ਪ੍ਰਭ ਆਪਣਾ ਪਾਵੋ ਗੁਰ ਕੈ ਸ਼ਬਦ ਮਨ ਕੋ ਸਮਝਾਵੈ ਸਤਿਗੁਰ ਕੀ ਬਾਣੀ ਸਤ ਸਤ ਕਰ ਮਨ ਹੋਇਓ ਆਤਮ ਰਾਮੈ ਲੀਨਾ ਹੈ ਜਿਸ ਸ਼ਬਦ ਗੁਰੂ ਸੁਣ ਮੰਨਿਆ ਤਿਨ ਮਨ ਧਿਆਇ ਹਰ ਸੋਏ ਅਨ ਦਿਨ ਭਗਤੀ ਰਤਿਆ ਮਨ ਤਨ ਨਿਰਮਲ ਹੋਏ ਹਰ ਹਮਰਾਹਮ ਹਰ ਕੇ ਦਾਸੇ ਨਾਨਕ ਸ਼ਬਦ ਗੁਰੂ ਸਚ ਦੀਨਾ ਜੀਓ ਨਾਮ ਨਿਧਾਨ ਤਿਸੇ ਪ੍ਰਾਪਤ ਜਿਸ ਸ਼ਬਦ ਗੁਰੂ ਮਨ ਉਠਾ ਉਠਾ ਜੀਓ ਇਹ ਸਤਿਗੁਰੂ ਦੀ ਬਾਣੀ ਦਾ ਫਰਮਾਨ ਹੈ ਕੀ ਸਰੀਰ ਗੁਰੂ ਹੈ ਇਸ ਸਰੀਰ ਬਾਰੇ ਗੁਰਬਾਣੀ ਕੀ ਆਖਦੀ ਹੈ ਚਲੋ ਵਿਚਾਰ ਕਰੀਏ ਪੁੱਤਰੀ ਤੇਰੀ ਵਿਦਕਰ ਥਾਟੀ ਜਾਨ ਸਤ ਕਰ ਹੋਏਗੀ ਮਾਟੀ ਕਬੀਰਾ ਤੂਰ ਸਕੇਲ ਕੈ ਪੁਰੀਆ ਬੰਦੀ ਦੇ ਦਿਵਸ ਚਾਰ ਕੋ ਪੇਖਣਾ ਅੰਤ ਖੇਹਿ ਕੀਖੇ ਬੋਲੇ ਸੇਖ ਫਰੀਦ ਪਿਆਰਾ ਅਲਹਿ ਲਗੇ ਇਹ ਤਨ ਹੋਸੀ ਖਾਕ ਨਮਾਨੀ ਗੌਰ ਕਰੇ ਕਹਾ ਵਿਸਾਸਾ ਇਸ ਭਾਂਡੇ ਕਾ ਇਤਨਕ ਲੱਗਾ ਠਨਕਾ ਸਤਿਗੁਰੂ ਬਾਣੀ ਰਈ ਸਮਝਾਉਣਾ ਕਰ ਰਹੇ ਨੇ ਕਿ ਦੇਹ ਦੀ ਕੀ ਪਾਇਆ ਹੈ ਵਿਚਾਰਨਯੋਗ ਗੱਲ ਕੀ ਕਿਸੇ ਖਾਸ ਸ਼ਖਸੀਅਤ ਵਿੱਚ ਚਮਕੀ ਖਿੱਚ ਹੁੰਦੀ ਹੈ ਆਓ ਇਤਿਹਾਸ ਅਤੇ ਗੁਰਬਾਣੀ ਦੇ ਚਾਨਣ ਵਿੱਚ ਇਸ ਗੱਲ ਦੀ ਵਿਚਾਰ ਕਰੀਏ ਕਿ ਮਲਕ ਭਾਗੋ ਗੁਰੂ ਨਾਨਕ ਸਾਹਿਬ ਜੀ ਨੂੰ ਵੇਖ ਕੇ ਚੰਗਾ ਬਣਿਆ ਸਤਗੁਰੁ ਨੇ ਸ਼ਬਦ ਸੁਣਾਇ ਜੇ ਰਤ ਲੱਗਾ ਕੱਪੜਾ ਜਾਮਾ ਹੋਏ ਪਲੀਤ ਜੋ ਰਤ ਪੀਵਹਿ ਮਨਸਾ ਤਿਨ ਕਿਉ ਨਿਰਮਲ ਚੀਤ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ ਕੀ ਸੱਜਣ ਠੱਗ ਗੁਰੂ ਨਾਨਕ ਸਾਹਿਬ ਜੀ ਨੂੰ ਵੇਖ ਕੇ ਚੰਗਾ ਬਣਿਆ ਉਜਲ ਕਾ ਹਾਂ ਚਲਕਣਾ ਕੋਟਮ ਕਲੜੀ ਮਸ ਧੋਤਿਆਂ ਝੂਠ ਨਾ ਉਤਰੈ ਜੇ ਸੋਤੋ ਹਵਾ ਤਿਸ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲੰਨ ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਿਸਨ ਰਹਾਓ ਕੋਠੇ ਮੰਡਪ ਮਾੜੀਆਂ ਪਾਸੋ ਚਿਤਵਿਆਹ ਟਠੀਆਂ ਕਾਮਨਾ ਆਵਣੀ ਵਿੱਚੋਂ ਸਖਣੀਆ ਦੇਖਨ ਨੂੰ ਤਾਂ ਗੁਰੂ ਅਰਜਨ ਦੇ ਮਹਾਰਾਜੀ ਨੂੰ ਚੰਦੂ ਵੀ ਵੇਖ ਰਿਹਾ ਹੈ ਜਹਾਂਗੀਰ ਵੀ ਵੇਖ ਰਿਹਾ ਹੈ ਫਿਰ ਵੀ ਸਤਗੁਰੂ ਗੁਰੂ ਅਰਜਨ ਦੇ ਮਹਾਰਾਜੀ ਨੂੰ ਸ਼ਹੀਦ ਕੀਤਾ ਗਿਆ ਦੇਖਨ ਨੂੰ ਤਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਰੰਗਜੀਵ ਕਾਜੀ ਜਲਾਦ ਸਾਰੇ ਦੇਖ ਰਹੇ ਸੀ ਪਰ ਫਿਰ ਵੀ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸਤਗੁਰੂ ਸਭ ਕੋ ਵੇਖਦਾ ਜੀਤਾ ਜਗਤ ਸੰਸਾਰ ਡਿੱਠਾ ਮੁਕਤ ਨਾ ਹੋਵਈ ਜੇ ਚਰ ਸ਼ਬਦ ਨਾ ਕਰੇ ਵਿਚਾਰ ਸ਼ਬਦ ਗੁਰੂ ਅਤੇ ਦੇਹ ਧਾਰੀ ਵਿੱਚ ਕੀ ਅੰਤਰ ਹੈ ਆਓ ਸਮਝਣ ਦਾ ਯਤਨ ਕਰੀਏ ਚਲੋ ਦੇਖਦੇ ਹਾਂ ਕਿ ਗੁਰਬਾਣੀ ਕੀ ਕਹਿੰਦੀ ਹੈ ਜੋ ਜੋ ਦੀਸੈ ਸੋ ਸੋ ਰੋਗੀ ਦੇ ਧਾਰੀ ਗੁਰੂ ਰੋਗ ਗ੍ਰਸਤ ਹੈ। ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਸ਼ਬਦ ਗੁਰੂ ਰੋਗ ਰਹਿਤ ਹੈ। ਇਹ ਫਰਕ ਹੈ। ਦੇ ਧਾਰੀ ਗੁਰੂ ਇੱਕ ਥਾਂ ਤੇ ਹੀ ਹੈ। ਜਿਆਦਾ ਜਗ੍ਹਾ ਤੇ ਨਹੀਂ ਹੋ ਸਕਦਾ। ਗੁਰ ਕਾ ਬਚਨ ਵਸੈ ਜੀਅ ਨਾਲੇ ਜਲ ਨਹੀਂ ਡੋਬੈ ਤਸਕਰ ਨਹੀਂ ਲੇਵੈ ਪਾਹੇ ਨਾ ਸੱਕੈ ਜਲੈ। ਸ਼ਬਦ ਗੁਰੂ ਸਰਵ ਵਿਆਪਕ ਹੈ। ਜਦ ਕੇ ਦੇਹ ਧਾਰੀ ਸਰਵ ਵਿਆਪਕ ਨਹੀਂ ਹੈ ਇਹ ਅੰਤਰ ਹੈ ਬੁੱਢਾ ਹੋਆ ਸ਼ੇਖ ਫਰੀਦ ਕੰਬਨ ਲੱਗੀ ਦੇਹ ਜੇ ਸੋਵਰਿਆ ਜੀਵਨਾ ਪੀ ਤਨ ਹੋ ਸੀਖੇ ਦੇਹ ਧਾਰੀ ਗੁਰੂ ਮੌਤ ਦੇ ਅਧੀਨ ਹੈ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਮਨਾਸੀ ਪੁਰਖ ਹੈ ਸਭ ਮੈਂ ਰਹਾ ਸਮਾਏ ਸ਼ਬਦ ਗੁਰੂ ਮੌਤ ਤੋਂ ਰਹਿਤ ਹੈ ਗੁਰਮਤਿ ਸਿਧਾਂਤ ਆਓ ਸਮਝੀਏ ਕਿ ਗੁਰਮਤਿ ਸਿਧਾਂਤ ਸਾਨੂੰ ਕੀ ਸਮਝਾਉਂਦਾ ਹੈ ਸਰੀਰ ਅਤੇ ਤਸਵੀਰ ਨਾਸ਼ਵਾਨ ਹੈ। ਪੰਥ ਵਿਰੋਧੀਆਂ ਵੱਲੋਂ ਪਾਏ ਸ਼ੰਕਿਆਂ ਦੇ ਉੱਤਰ ਜੋ ਉਹਨਾਂ ਵੱਲੋਂ ਸਵਾਲ ਕੀਤੇ ਜਾਂਦੇ ਆ। ਪ੍ਰਸ਼ਨ ਹੈ ਗੁਰੂ ਗ੍ਰੰਥ ਸਾਹਿਬ ਜੀ ਤਾਂ ਬੋਲਦੇ ਨਹੀਂ। ਇਹ ਤਾਂ ਇੱਕ ਪੋਥੀ ਹੈ। ਜਿਸ ਦਾ ਜਵਾਬ ਹੈ ਵਿਦੇਸ਼ ਗਿਆ ਮਨੁੱਖ ਆਪਣੇ ਪਰਿਵਾਰ ਨੂੰ ਖੱਤ ਦੁਆਰਾ ਸੂਚਿਤ ਕਰਦਾ ਹੈ। ਖਾਤ ਨੰਬਰ 1 ਮੈਂ ਵਿਦੇਸ਼ ਵਿੱਚ ਬਹੁਤ ਪੈਸਾ ਕਮਾਇਆ ਹੈ ਮੈਂ ਹੁਣ ਪੈਸਾ ਲੈ ਕੇ ਘਰ ਵਾਪਸ ਆ ਰਿਹਾ ਹਾਂ 2 ਨੰਬਰ ਚ ਲਿਖਦਾ ਮੈਨੂੰ ਵਾਪਸੀ ਸਮੇਂ ਲਟੇਰਿਆਂ ਵੱਲੋਂ ਜ਼ਖਮੀ ਕਰਕੇ ਲੁੱਟ ਲਿਆ ਗਿਆ ਹੈ ਖਾਤ ਨੰਬਰ 2 ਮੈਨੂੰ ਵਾਪਸੀ ਸਮੇਂ ਲਟੇਰਿਆਂ ਵੱਲੋਂ ਲੁੱਟ ਕੇ ਜ਼ਖਮੀ ਕਰ ਦਿੱਤਾ ਗਿਆ ਹੈ ਲੁੱਟ ਲਿਆ ਗਿਆ ਹੈ ਉਹ ਸਾਰਾ ਪੈਸਾ ਲੈ ਗਏ ਹਨ ਖਾਤ ਨੰਬਰ 3 ਆਪ ਜੀ ਦੇ ਪਰਿਵਾਰ ਦਾ ਮੈਂਬਰ ਜ਼ਖਮਾਂ ਦੀ ਤਾਬ ਨਾ ਸਹਾਰਦਾ ਹੋਇਆ ਦਮ ਤੋੜ ਗਿਆ ਹੈ ਹੁਣ ਇਹਨਾਂ ਤਿੰਨ ਖਤਾਂ ਦੇ ਵਿੱਚ ਅੱਖਰਾਂ ਨੇ ਬੋਲ ਕੇ ਦੱਸ ਦਿੱਤਾ ਕਿ ਉਹਨਾਂ ਦੇ ਪਰਿਵਾਰ ਦੇ ਮੈਂਬਰ ਦੇ ਨਾਲ ਕੀ ਵਾਪਰਿਆ ਇਸ ਕਰਕੇ ਅੱਖਰ ਬੋਲਦੇ ਨੇ ਸ਼ਬਦ ਬੋਲਦਾ ਹੈ ਆ ਇੱਕ ਨੋਟ ਹੈ ਵੇਖਣ ਨੂੰ ਇਹ ਕਾਗਜ਼ ਹੈ ਜੇ ਇਹਦੇ ਉੱਪਰ ਮੋਹਰ ਨਾ ਹੋਵੇ ਤਾਂ ਇਸ ਕਾਗਜ਼ ਨੂੰ ਕੋਈ ਪਛਾਣ ਨਹੀਂ ਦਿੱਤੀ ਜਾ ਸਕਦੀ ਕਿ ਇਹ ਕਾਗਜ਼ ਕੀ ਚੀਜ਼ ਹੈ ਜਦੋਂ ਮੋਹਰ ਲੱਗ ਗਈ ਤਾਂ ਇਹਦੀ ਪਛਾਣ ਬਣ ਗਈ ਕਿ ਇਹ ਹਜ਼ਾਰ ਦਾ ਨੋਟ ਹੈ ਇਸ ਕਰਕੇ ਜਦੋਂ ਕਿਸੇ ਕਾਗਜ਼ ਉੱਤੇ ਬਾਣੀ ਲਿਖੀ ਜਾਂਦੀ ਹੈ ਤਾਂ ਉਹ ਪੂਜਣਯੋਗ ਹੋ ਜਾਂਦੀ ਹੈ ਕਿਉਂਕਿ ਸ਼ਬਦ ਪੂਜਨੀਕ ਹੈ। ਠਾਕੁਰ ਹਮਰਾ ਸਦਬੋਲੰਤਾ ਸਰਵ ਜੀਆਂ ਕੋ ਪ੍ਰਵਦਾਣ ਦਿੱਤਾ। ਇਸ ਤਰੀਕੇ ਦੇ ਨਾਲ ਉਹ ਸਦਾ ਹੀ ਬੋਲਦਾ ਜਿਹੜਾ ਸਾਡਾ ਸਤਿਗੁਰੂ ਹੈ। ਸਤਿਗੁਰੂ ਪਾਸ਼ੀ ਨੇ ਬਾਣੀ ਵਿੱਚ ਇਹਦੇ ਪ੍ਰਤੱਖ ਪ੍ਰਮਾਣ ਦਿੱਤੇ ਹੋਏ ਨੇ ਕਿ ਕੇਵਲ ਸ਼ਬਦ ਹੀ ਬੋਲਦਾ ਹੈ। ਫਿਰ ਅਗਲਾ ਸਵਾਲ ਆ ਜਾਂਦਾ ਹੈ। ਪਰ ਉਪਦੇਸ਼ ਦੇਣ ਵਾਸਤੇ ਤਾਂ ਦੇਹਧਾਰੀ ਗੁਰੂ ਦੀ ਲੋੜ ਹੈ ਇਥੇ ਇੱਕ ਹੋਰ ਸਵਾਲਾ ਸਵਾਲ ਖੜਾ ਹੋ ਜਾਂਦਾ ਹੈ ਕਿ ਕੀ ਉਪਦੇਸ਼ ਦੇਣ ਵਾਲਾ ਹੀ ਗੁਰੂ ਹੈ ਇਹਦੇ ਵਾਸਤੇ ਇੱਕ ਹੋਰ ਉਦਾਹਰਣ ਦੇਣੀ ਚਾਹਾਂਗੇ ਇੱਕ ਔਰਤ ਅਨਪੜ ਹੈ ਜਿਸਦਾ ਪਤੀ ਵਿਦੇਸ਼ ਵਿੱਚ ਹੈ ਪਤੀ ਆਪਣੀ ਪਤਨੀ ਨੂੰ ਚਿੱਠੀ ਲਿਖਦਾ ਹੈ ਜਿਹਦੇ ਵਿੱਚ ਉਹ ਸਾਰੇ ਹੀ ਸ਼ਬਦ ਆਪਣੀ ਪਤਨੀ ਨੂੰ ਪਤਨੀ ਨੂੰ ਸੰਬੋਧਨ ਕਰਦਾ ਹੈ ਜਿਉਂ-ਜਿਉਂ ਉਹ ਉਹਦੇ ਪਤੀ ਦੀ ਚਿੱਠੀ ਪੜ੍ਹਦਾ ਹੈ ਪਤਨੀ ਅਗੋਂ ਹੰਗਾਰਾ ਵੀ ਦਿੰਦੀ ਹੈ ਹੁਣ ਚਿੱਠੀ ਪੜਨ ਵਾਲਾ ਸਮਝ ਲਵੇ ਕਿ ਮੈਂ ਇਹਨੂੰ ਇਹਦੇ ਪਤੀ ਦੇ ਰੂਪ ਵਿੱਚ ਚਿੱਠੀ ਪੜ ਕੇ ਸੁਣਾਈ ਇਹਨੇ ਅਗੋਂ ਹੰਗਾਰਾ ਵੀ ਦਿੱਤਾ ਤੇ ਇਹ ਹੁਣ ਮੇਰੀ ਪਤਨੀ ਹੋ ਗਈ ਤਾਂ ਉਹਦੇ ਨਾਲੋਂ ਵੱਡਾ ਦੁਰਾਚਾਰੀ ਤੇ ਉਹਦੇ ਨਾਲੋਂ ਵੱਡਾ ਮੂਰਖ ਕੋਈ ਨਹੀਂ ਹੋ ਸਕਦਾ ਚਿੱਠੀ ਪੜਨ ਵਾਲਾ ਪਤੀ ਨਹੀਂ ਹੋ ਸਕਦਾ ਇੱਕ ਗੱਲ ਤਾਂ ਸਾਨੂੰ ਸਮਝ ਆ ਗਈ ਕਿ ਸ਼ਬਦ ਗੁਰੂ ਹੈ ਸਰੀਰ ਗੁਰੂ ਨਹੀਂ ਹੈ ਆਸ ਹੈ ਕਿ ਸਮਝ ਗਏ ਹੋਵਾਂਗੇ ਆਓ ਹੁਣ ਵਿਚਾਰ ਕਰਦੇ ਹਾਂ ਕਿ ਜਿਹੜੇ ਗੁਰੂ ਜਾਂ ਸੰਤੋਂ ਦਾ ਦਾਵਾ ਕਰਦੇ ਨੇ ਉਹਨਾਂ ਬਾਰੇ ਗੁਰਬਾਣੀ ਕੀ ਕਹਿੰਦੀ ਹੈ ਭਗਤ ਕਬੀਰ ਜੀ ਫਰਮਾਨ ਕਰਦੇ ਹਨ ਗਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਨ ਤੱਗ ਗਲੀ ਜਨਾ ਜਪ ਮਾਲੀਆਂ ਲੋਟੇ ਹੱਥ ਨੇ ਬੱਗ ਓਏ ਹਰ ਕੇ ਸੰਤ ਨਾ ਆਖੀ ਐ ਬਾਨਾਰਸ ਕੇ ਠੱਗ ਐਸੇ ਸੰਤ ਨਾ ਮੋਕੋ ਭਾਵੇਂ ਡਾਲਾ ਸਿਉ ਪੇਡਾ ਗੜਕਾਵੇ ਰਹਾਉ ਬਾਸਨ ਮਾਂਜ ਚੜਾਵੇ ਉਪਰ ਕਾਠੀ ਧੋਏ ਜਲਾਵੇ ਬਸੁਦਾ ਖੋਦ ਕਰਹਿ ਦੋਈ ਚੁੱਲੇ ਸਾਰੇ ਮਾਨਸ ਖਾਵੇ ਓਏ ਪਾਪੀ ਸਦਾ ਫਿਰਹਿ ਅਪਰਾਧੀ ਮੁਖੋਂ ਅਪਰਸ ਕਹਾਵੇ ਸਦਾ ਸਦਾ ਫਿਰਹਿ ਅਬਮਾਨੀ ਸਗਲ ਕੋਟੰਬ ਡੁਬਾਵੇ ਸਤਗੁਰੂ ਕਹਿੰਦਾ ਸਾਰਾ ਪਰਿਵਾਰ ਹੀ ਡੋਬ ਲੈਂਦੇ ਆ ਮਾથે ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲਾਉਣਾ ਜਾਣਾ ਇਹਨੇ ਕਿ ਐਸੇ ਲੋਕਾਂ ਨੇ ਰਾਮ ਨੂੰ ਪਰਮਾਤਮਾ ਨੂੰ ਰੱਬ ਨੂੰ ਕੇਵਲ ਖਡਾਉਣਾ ਸਮਝਿਆ ਹੋਇਆ ਹੈ ਐਸੇ ਭੇਖੀਆਂ ਦੇ ਬਾਰੇ ਗੁਰਬਾਣੀ ਦਾ ਇਹ ਫਰਮਾਨ ਹੈ ਜੀ ਸਤਿਗੁਰੂ ਬਾਣੀ ਵਿੱਚ ਫਰਮਾਉਂਦੇ ਨੇ ਮਾਨੁਕੀ ਟੇਗ ਬਿਰਤੀ ਸਭ ਜਾਨ ਦੇਵਨ ਕਉ ਇੱਕ ਹੈ ਭਗਵਾਨ ਜਿਸ ਕਹਿ ਦੀ ਹੈ ਰਹਿ ਆਗਾਏ ਬਹੁਰ ਨ ਤਰਸਨਾ ਲਾਗੇ ਆਇ ਮਾਰੈ ਰੱਖੈ ਇੱਕੋ ਆਪ ਮਾਨੁਕ ਕੈ ਕਿਸ਼ਨਾ ਹੀ ਹਾਥ ਤਿਸ ਕਾ ਹੁਕਮ ਬੂਝ ਸੁਖ ਹੋਏ ਤਿਸ ਕਾ ਨਾਮ ਰਖ ਕੰਠ ਪਰੋਏ ਸਿਮਰ 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 ਪ੍ਰਾਪ ਸੋਏ ਨਾਨਕ ਵਿਗਨ ਨ ਲਾਗੇ ਕੋਏ ਸਾਹਿਬ ਜਿਸ ਕਾ ਨੰਗਾ ਭੁਖਾ ਹੋਵੇ ਤਿਸ ਦਾ ਨਫਰ ਕਿਥੋਂ ਰਜ ਖਾਏ ਜੇ ਸਾਹਿਬ ਕੈ ਘਰ ਵਾਥ ਹੋਵੇ ਸੋ ਨਫਰੇ ਹੱਥ ਆਵੇ ਅਣਹੋਂਦੀ ਕਿਥੋਂ ਪਾਏ ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀਏ ਸਾ ਸੇਵਾ ਔਖੀ ਹੋਈ ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ ਫਿਰ ਲੇਖਾ ਮੰਗੇ ਨਾ ਕੋਈ ਨਾਨਕ ਨਾਮ ਮਿਲੈ ਵਡਿਆਈ ਇਦੋਂ ਉੱਪਰ ਕਰਮ ਨਹੀਂ ਜੇ ਘਰ ਹੁੰਦਾ ਮੰਗਣ ਜਾਈਏ ਫਿਰ ਉਲਾਮਾ ਮਿਲੇ ਤਹੀਂ ਇਹ ਸਤਿਗੁਰੂ ਦਾ ਫਰਮਾਨ ਹੈ ਹਰ ਇੱਕੋ ਦਾਤਾ ਸੇਵੀਐ ਹਰ ਇੱਕ ਧਿਆਈਐ ਹਰ ਇੱਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜਮ ਰਾਈਐ ਸ਼ਰਮ ਚ ਮਰ ਜਾਣਾ ਚਾਹੀਦਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਹੁਣ ਸਵਾਲ ਹੈ ਮਨੁੱਖ ਨੇ ਤਰੱਕੀ ਕਿਵੇਂ ਕੀਤੀ ਕਿਉਂਕਿ ਇਹਦੇ ਬਾਰੇ ਵੀ ਬੜਾ ਜ਼ਿਆਦਾ ਪਰਮਪ੍ਰਿਖੇ ਮਨ ਚ ਪਏ ਹੋਏ ਨੇ ਤਾਂ ਜਵਾਬ ਹੈ ਗਿਆਨ ਦੇ ਨਾਲ ਉਹ ਗਿਆਨ ਕਿਹੜਾ ਹੈ ਮਾਇਆ ਮੋਹ ਮੇਰਾ ਪ੍ਰਭ ਕੀਨਾ ਆਪੇ ਪਰਮ ਭੁਲਾਏ ਮਨ ਮੁਖ ਕਰਮ ਕਰੇ ਨਹੀਂ 부ਝੈ ਬਿਰਥਾ ਜਨਮ ਗਵਾਏ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ ਰੇ ਮਨ ਨਾਮ ਜਪੋ ਸੁਖ ਹੋਏ ਗੁਰਪੂਰਾ ਸਲਾਹੀ ਹੈ ਸਹਿਜ ਮਿਲੈ ਪ੍ਰਭ ਸੋਏ ਇੱਕ ਸਵਾਲ ਜੋ ਬਹੁਤ ਅਹਿਮ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਤਾ ਗੱਦੀ ਕਿਸ ਨੂੰ ਦਿੱਤੀ ਸੀ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮਹਿ ਲੇ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋਏ ਖੁਵਾਰ ਹੋਏ ਸਭ ਮਿਲenge ਬਚੇ ਛਰਨ ਜੋ ਹੋਏ ਆਉ ਪ੍ਰਣ ਕਰੀਏ ਅਸੀਂ ਆਪਣਾ ਗੁਰੂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੰਨਾਂਗੇ ਆਪਣੇ ਜੀਵਨ ਚ ਕਟੋ-ਕਟ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਾਂ ਸਹਿਤ ਦਰਸ਼ਨ ਕਰਾਂਗੇ ਦੇਵਤਾਰੀ ਗੁਰੂ ਮੂਰਤੀ ਪੂਜਾ ਕਬਰਾਂ ਸਮਾਧਾਂ ਤੇ ਹੋਰ ਕਰਮਕਾਂਡ ਭੁੱਲ ਕੇ ਵੀ ਨਹੀਂ ਮੰਨਾਂਗੇ ਇਹ ਸਾਰੀ ਸਮਗਰੀ ਇਕੱਠੀ ਕਰਨ ਦੀ ਸੇਵਾ ਭਾਈ ਰਿਸ਼ਪਾਲ ਸਿੰਘ ਜੀ ਦਸੂਹਾ ਨੇ ਕੀਤੀ ਆਵਾਜ਼ ਡਾਕਟਰ ਗੁਰਸੇਵਕ ਸਿੰਘ ਪੱਧਰੀ ਗੁਰਮਤ ਪ੍ਰਚਾਰ ਕੇਂਦਰ ਦਸੂਹਾ ਦੇ ਉਪਦੇਸ਼ ਸਮੁੱਚੇ ਸੰਸਾਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰ ਧਾਰਾ ਦਾ ਪ੍ਰਚਾਰ ਕਰਨਾ ਸਮੂਹ ਮਨੁੱਖ ਜਾਤੀ ਨੂੰ ਇੱਕ ਪ੍ਰਭੂ ਨਾਲ ਜੋੜਨਾ ਸਰਬੱਤ ਦੇ ਭਲੇ ਲਈ ਸੇਵਾ ਦੇ ਕਾਰਜ ਕਰਨੇ ਗੁਰਮਤ ਸਿੱਖ ਕੇ ਅਸੀਂ ਸਿਖਾਉਣੀ ਅੰਮ੍ਰਿਤ ਧਾਰੀ ਕੌਮ ਬਣਾਉਣੀ ਕਰਨਾ ਸਿੱਖੀ ਦਾ ਪ੍ਰਚਾਰ ਪੂਰੀ ਦੁਨੀਆ ਦੇ ਵਿੱਚ ਕਰ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ